ਕਸੀ ਦੇਖ ਰਹੇ ਹੋ ਡੈਲੀ ਸਾਰ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਲੋਕ ਸਭਾ ਜਿੰਮੀ ਚੋਣ ਜੰਦਰ ਨੂੰ ਲੈ ਕੇ ਜੜੀ ਆਮ ਆਦੀ ਪਾਰਟੀ ਦਾ ਜਿੰਦੜਾ ਕੁਛ ਹੀ ਸਮੇਂ ਦੇ ਵਿੱਚ ਜਿਹੜਾ ਹੁਣ ਅਨਾਉਂਸਮੈਂਟ ਹੋਣ ਜਾ ਰਹੀ ਹੈ ਅੰਦਾਜ਼ੇ ਕਿ ਇਸ ਨਾਲ ਹੀ ਹਰਪਾਲ ਚੀਮਾ ਜਿੰਦੜ ਵਿੱਚ ਪਹੁੰਚ ਗਿਆ 2 ਵਜੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਜਾਏਗਾ ਤੁਹਾਨੂੰ ਦੱਸ ਦੇ ਕਿ ਲਗਾਤਾਰ 1 ਮਹੀਨੇ ਤੋਂ ਅਸੀਂ ਦੈਨਿਸ ਅਤੇ ਅਨੋਹੀ ਲਗਾਤਾਰ ਖਬਰਾਂ ਖਾਈਆਂ ਆਮ ਆਦੀ ਪਾਰਟੀ ਕੀ ਏਜੰਡਾ ਰੇ ਸਕੂਲ ਆਫ ਐਮੀਨੈਂਸ ਰੇ ਮੁਹੱਲਾ ਕ੍ਰੀਮ ਦੀ ਗੱਲ ਕੀਤੀ ਗਈ ਵਿਕਾਸ ਦੀ ਗੱਲ ਕੀਤੀ ਗਈ ਇਸ ਦੇ ਨਾਲ ਹੀ ਤੁਹਾਨੂੰ ਅੰਦਾਜ਼ਾ ਸੀ ਕਿ ਜਿਹੜਾ ਕੇਜੀ ਵਾਲ ਸਾਹ ਵੱਲੋਂ ਜਿਹੜਾ ਜਿੰਦੜਰ ਵਾਸਤੇ ਇੱਕ ਪੀਜੀਆਈ ਵਰਗੇ ਹਸਪਤਾਲ ਦੀ ਗੱਲ ਕੀਤੀ ਸੀ ਕਿਤੇ ਕਿਤੇ ਇਸ ਦਾ ਫੈਕਟਰ ਹੈ ਲੋਕਾਂ ਦੇ ਅਸਰ ਕੀਤਾ ਹੈ ਤੋਂ ਇਸ ਸਾਰੇ ਮੁੱਦੇ ਬਾਰੇ ਗੱਲਬਾਤ ਕਰਦੇ ਆਂ ਲੁਧਿਆਣਾ ਦੇ ਸੈਂਟਰਲ ਦੇ ਵਿਧਾਇਕ ਅਸ਼ੋਕ ਪ੍ਰਸ਼ਤ ਪੱਪੀ ਜੀ ਕੋ ਸਰ ਕਿਸ ਤਰ੍ਹਾਂ ਦੇਖਦੇ ਹੋ ਬੜੀ ਵੱਡੀ ਜਿੱਤ ਹੈ ਔਰ ਲੋਕਾਂ ਦੇ ਜਿਹੜੇ ਅੰਕੜੇ ਸੀ ਉਹ ਬਿਲਕੁਲ ਢਾਈ ਢੇਰੀ ਹੋ ਗਏ ਆ ਲੋਕਾਂ ਨੂੰ ਉਮੀਦ ਸੀ ਉਹ ਕਹਿੰਦੇ ਲੋਕੀ ਕਹਿੰਦੇ ਸੀ ਕਾਂਗਰਸ ਜਿੱਤੂਗੀ ਬੀਜੇਪੀ ਆਊਗੀ ਕੀ ਕਹਿਣਾ ਚਾਹੁੰਦੇ ਹੋ ਦੇਖੋ ਸਭ ਨਾਲ ਪਹਿਲਾਂ ਤਾਂ ਮੈਂ ਆ ਸਾਡੇ ਸੁਪਰੀਮੋ ਅਰਵਿੰਦ ਕੇਜੀਵਾਲ ਜੀ ਨੂੰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੋ ਪੰਜਾਬੀਆਂ ਦਾ ਮਾਣ ਆ ਪੰਜਾਬ ਦਾ ਮਾਣ ਆ ਉਹਨਾਂ ਨੂੰ ਮੁਬਾਰਕਵਾਦ ਦਿੰਨਾ ਉਹਨਾਂ ਦੀ ਮਿਹਨਤ ਸਦਕੇ ਔਰ ਸਾਡੇ ਜਿੰਨੇ ਮੰਤਰੀ ਸਹਿਵਾਨ ਐਮ ਐਲ ਏ ਸਹਿਵਾਨ ਔਰ ਸਾਰੇ ਵਲੰਟੀਅਰ ਜਿੰਨੇ ਵਰਕਰ ਚੇਅਰਮੈਨ ਸਾਹਿਬ ਸਾਰੀ ਪਾਰਟੀ ਨੇ ਇੱਕ ਮੁੱਠ ਬਣ ਕੇ ਇਹ ਜਿਹੜਾ ਜੰਗ ਆ ਉਹ ਫਤਿਹ ਕੀਤਾ ਵਾ ਤੇ ਰਿੰਕੂ ਜੀ ਆ ਬਹੁਤ ਮਿਹਨਤੀ ਬੰਦਿਆ ਇਸ ਕਰਕੇ ਅੱਜ ਆਮ ਆਦਮੀ ਪਾਰਟੀ ਦੇ ਕੰਮਾਂ ਨੂੰ ਦੇਖਦੇ ਹੋਏ ਜੋ ਆਮ ਆਦਮੀ ਪਾਰਟੀ ਨੇ ਕਿਹਾ ਲੋਕਾਂ ਨਾਲ ਉਹ ਕਰਕੇ ਦਿਖਾਇਆ 13 ਮਹੀਨਿਆਂ ਦੀ ਸਰਕਾਰ ਦੇ ਵਿੱਚ ਚਾਹੇ ਮhalla ਕਲੀਨਿਕ ਹੋਣ 580 ਚਾਹੇ ਸਕੂਲਾਂ ਦੀ ਗੱਲ ਕੀਤੀ ਜਾਵੇ ਚਾਹੇ 600 ਜੂਨਟ ਬਿਲੀ ਦਾ ਫਰੀਦ ਆ ਲੋਕਾਂ ਨੂੰ ਇਸ ਗੱਲ ਦਾ ਬਹੁਤ ਭਰੋਸਾ ਹੋਇਆ ਤੇ ਆਮ ਆਦਮੀ ਪਾਰਟੀ ਜੋ ਕਹਿੰਦੀ ਆ ਉਹ ਕਰਕੇ ਦਿਖਾਉਂਦੀ ਆ ਇਹ ਜਿਹੜੀਆਂ ਪਿਛਲੀਆਂ ਸਰਕਾਰਾਂ ਨੇ ਜਿਹੜੇ ਕਹਿੰਦੇ ਸੀ ਸਾਡਾ ਕਿਲਾ ਵਾ ਅੱਜ ਉਸ ਕਿਲੇ ਨੂੰ सेज लाके झाड़ू ਦੇ ਨਾਲ ਸਫਾਈ ਹੋਈ ਆ ਇਸ ਕਰਕੇ ਇਹ ਬਹੁਤ ਵਧੀਆ ਪੰਜਾਬੀਆਂ ਨੇ ਆਪਣੀ ਸੋਚ ਦਾ ਫੈਸਲਾ ਲਿਆ ਵਾ ਬਿਲਕੁਲ ਠੀਕ ਕਿਲੇ ਦੀ ਗੱਲ ਕੀਤੀ ਹੈ ਕਾਂਗਰਸ ਗੜ ਰਿਹਾ ਲਗਾਤਾਰ ਦੋ ਵਾਰੀ ਮੈਂਬਰ ਪਾਰਲੀਮੈਂਟ ਰਿਆ ਮਹਿਰੂਮ ਚੌਧਰੀ ਸੰਤੋਖ ਸਿੰਘ ਹਾਂ ਦੱਸ ਇਸ ਦੇ ਨਾਲ ਹੀ ਵਿਰੋਧੀਆਂ ਨੇ ਹਮੇਸ਼ਾ ਆਪ ਇਸ ਜਿਮਨੀ ਚੰਦਰਵਾਨ 'ਤੇ ਪ੍ਰਖਾਰ ਕੀਤੇ ਆ ਅਰਵਿੰਦ ਕੇਜਰੀਵਾਲ ਤੇ ਭਗਵਨ ਸਿੰਘ ਮਾਨ ਦੇ ਉੱਪਰ ਵੀ ਲਾ ਐਂਡ ਆਰਡਰ ਸਿਟੀ ਲੈ ਕੇ ਬੜਾ ਕਟਾਸ਼ ਵੀ ਕੀਤਾ ਤਾਂ ਜੀ ਕਸੇ ਹੈ ਲੇਕਿਨ ਹਾਲਾਤ ਲੋਕਾਂ ਨੇ ਕਿਸ ਤਰ੍ਹਾਂ ਦੇ ਇਫੈਕਟ ਬਲਕਿ ਅੱਜ ਲੱਗਦਾ ਕਿਸ ਤਰ੍ਹਾਂ ਦਾ ਮਾਹੌਲ ਬਲ ਗਿਆ ਤਾਂ ਕੀ ਕਹਾਂ ਚੱਲਿਓ ਦੇਖੋ ਪੰਜਾਬ ਦੇ ਲੋਕ ਪੰਜਾਬੀ ਬਹੁਤ ਸੂ ਜਵਾਨ ਨੇ ਇਹਨਾਂ ਨੇ ਵਰਲਡ ਦੇ ਵਿੱਚ ਆਪਣੇ ਨਾਮ ਦੀ ਪਛਾਣ ਕੀਤੀ ਆ ਪੰਜਾਬ ਦੀ ਇਸ ਕਰਕੇ ਹੁਣ ਵਿਰੋਧੀਆਂ ਕੋਲ ਕੋਈ ਗੱਲ ਹੀ ਨਹੀਂ ਰਹੀ ਕਹਿਣ ਨੂੰ ਇਹਨਾਂ ਕੋ ਤਾਂ ਸਿਰਫ ਇੱਕੋ ਗੱਲਾਂ ਨੇ ਹੁਣ ਜਦੋਂ ਲੋਕ ਨਹੀਂ ਪਸੰਦ ਕਰਦੇ ਤੁਹਾਡੀਆਂ ਗੱਲਾਂ ਨੂੰ ਰਾਜਾ ਬੜਿੰਗ ਲੱਗ ਪ੍ਰਤਾਬ ਆਜਵਾ ਲੱਗ ਕਿਹੜੇ ਕਿਹੜੇ ਬੰਦੇ ਚੰਨੀ ਜੀ ਲੱਗ ਉਹ ਹੁਣਾ ਕਿ ਉਥੋਂ ਬਾਹਰੋਂ ਘੁੰਮ ਕੇ ਆਏ ਆ ਹੁਣ ਆ ਕੇ ਲੋਕੀ ਕਹਿੰਦੇ ਪਹਿਲਾਂ ਵੀ ਜੁਮਲੇ ਸੁਣਾਉਂਦੇ ਰਹੇ ਹੋ ਤੁਸੀਂ ਕਾਂਗਰਸੀਓ ਹੁਣ ਵੀ ਜੁਮਲੇ ਸੁਣਾਉਂਦੇ ਹੋਣ ਇਹਨਾਂ ਨੂੰ ਜੁਮਲੇ ਹੀ ਸੁਣਾਉਣੇ ਪੈਣਿਆ ਲੋਕਾਂ ਨੇ ਨਹੀਂ ਪਸੰਦ ਕਰਨਾ ਇਹਨਾਂ ਨੂੰ ਇਸ ਲਈ लुधियाना ਦੇ ਲੋਕ ਇਨਸਾਫ ਪਾਰਟੀ ਸੁਪਰੀਮੋਲ ਸਿਮਰਜੀਤ ਬੈਂਸ ਨੇ ਸਮਰਥਨ ਦਿੱਤਾ ਸੀ ਬੀਜੇਪੀ ਪਾਰਟੀ ਨੂੰ ਬੜੀ ਪ੍ਰੈਸ ਕਾਨਫਰੰਸ ਦੀ ਚੈਲੰਜ ਹੱਥ ਮਾਰ ਕੇ ਟੇਬਲ ਤੇ ਕਿਹਾ ਸੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਹੀ ਸਮਰਥਨ ਬੀਜੇਪੀ ਦਿੱਤਾ ਔਰ ਆਉਣ ਵਾਲੇ ਸਮੇਂ ਲੁਧਿਆਣਾ ਦਾ ਮੇਰ ਬਣੂਗਾ ਉਹ ਬੀਜੇਪੀ ਦਾ ਬਣੂਗਾ ਕੀ ਲੱਗਦਾ ਹੁਣ ਲਗਦਾ ਇੱਕ 1.5 ਮਹੀਨੇ ਬਾਅਦ ਮਖ ਨਗਰ ਨਿਗਰ ਚੋਣਾਂ ਵੀ ਮਖ ਨਤੀਜੇ ਜਾਂ ਐਲਾਨੇ ਜਾਣਗੇ ਕੀ ਸਮਝਦੇ ਦੇਖੋ ਉਸ ਗੱਲ ਦਾ ਕੀ ਜਵਾਬ ਦੇਣਾ ਜਿਹੜੇ ਬੰਦੇ ਪਹਿਲਾਂ ਇਹ ਕਹਿੰਦੇ ਸੀ ਤੇ ਅੱਗ ਤੇ ਪਾਣੀ ਦਾ ਕੋਈ ਮੇਲ ਨਹੀਂ ਹੁਣ ਨਾ ਅੱਗ ਰਹੀ ਨਾ ਪਾਣੀ ਰਿਹਾ ਜਲੰਧਰ ਤੇ ਫਿਰ ਆਪਾਂ ਉਸ ਗੱਲ ਦਾ ਜਵਾਬ ਕੀ ਦਈਏ ਉਹਨਾਂ ਨੂੰ ਪੁੱਛ ਲਿਓ ਇਸ ਗੱਲ ਦਾ ਵੀ ਅੱਗ ਤੇ ਪਾਣੀ ਦਾ ਕੋਈ ਮੇਲ ਨਹੀਂ ਸੀ ਅੱਗ ਵੀ ਨਹੀਂ ਰਹੀ ਪਾਣੀ ਵੀ ਨਹੀਂ ਰਿਹਾ ਜਲੰਧਰ ਭਾਜਪਾ ਦੇ ਜੁਮਲੇ ਤੇ ਹੋਰਾਂ ਨੇ ਜਿਨ੍ਹਾਂ ਨੇ ਸਮਰਥਨ ਦੇਣਾ ਲੋਕਾਂ ਨੇ ਪਸੰਦ ਉਹਨੂੰ ਕਰਨਾ ਜਿਹਨੇ ਕੰਮ ਕਰਨਾ ਜ਼ਮੀਨੀ ਲੈਵਲ ਤੇ ਸਾਡੇ ਮੁੱਖ ਮੰਤਰੀ ਸਾਹਿਬ ਦਿਨ ਪਰ ਰਾਤ 24 ਘੰਟੇ ਮਿਹਨਤ ਕਰਕੇ ਪੰਜਾਬ ਨੂੰ ਉਹੀ ਰੰਗਲਾ ਪੰਜਾਬ ਹੱਸਦਾ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਉਹਨੂੰ ਬਣਾਉਣ ਲੱਗੇ ਹੋਏ ਆ ਪੰਜਾਬੀ ਜਾਣਦੇ ਆ ਵੀ 13 ਮਹੀਨਿਆਂ ਦੀ ਕਾਰਜਕਾਰੀ ਦੇ ਵਿੱਚ ਤਾਂ ਹੀ ਅੱਜ ਜਲੰਧਰ ਦਾ ਕਿਲਾਟ ਆਇਆ ਵਾ ਕਾਂਗਰਸ ਦਾ ਕੀ ਲੱਗ ਰਿਹਾ ਸਾਰਾ ਸ਼ਰੀਰ ਇਸ ਜਿੱਤ ਦਾ ਅਰਵਿੰ ਕਿ ਜੀ ਬੰਦੋਂਗੇ ਭਗਵਾਨ ਸਿੰਘ ਮਾਨ ਦੋਂਗੇ ਜਾਂ ਸਾਰੇ ਉਹਨਾਂ ਵਲੰਟੀਰੀਆਂ ਦੇ ਨਾਲ ਆਪ ਦੇ ਲਗਾਤਾਰ ਦਿਨ ਰਾਤ ਡੇਢ ਮਹੀਨੇ ਲਗਾਤਾਰ ਮਿਹਨਤ ਕੀਤੀ ਇਹ ਸਿਹਰਾ ਹੁੰਦਾ ਜਲੰਧਰ ਦੇ ਜਿਹੜੇ ਲੋਕ ਨੇ ਉਹਨਾਂ ਦੀ ਸੂਝਵਾਨੀ ਨੂੰ ਸਿਹਰਾ ਜਾਂਦਾ ਕਿਉਂਕਿ VOTER ਅੱਜਕੱਲ ਬਹੁਤ ਸਿਆਣਾ ਹੋ ਗਿਆ VOTER ਦੇਖਦਾ ਵਾ ਵੀ ਮੇਰਾ ਜਿਹੜਾ ਅਧਿਕਾਰ ਆ ਮੈਂ ਆਪਣੇ ਅਧਿਕਾਰ ਨੂੰ ਉਸ ਬੰਦੇ ਦੀ ਝੋਲੀ ਚ ਪਾਵਾਂ ਜੀਨੇ ਮੇਰੇ ਅਧਿਕਾਰ ਦਾ ਵਾਪਸ ਮੋੜਨਾ ਕੋਸ਼ਿਸ਼ ਅੱਜ ਜਲੰਧਰ ਦੇ ਲੋਕਾਂ ਨੇ ਬਹੁਤ ਸੂਝਵਾਨੀ ਕੀਤੀ ਔਰ ਸਾਡੇ ਸੁਪਰੀਮੋ ਅਰਬਿੰਦ ਕੇਜੀਵਾਲ ਮੁੱਖ ਮੰਤਰੀ ਸਾਹਿਬ ਮੰਤਰੀ ਸਾਹਿਬ ਐਮ ਐਲ ਏ ਸਵਾਨ ਬਲੰਟੀਅਰ ਇੱਕ ਮੁੱਠੀ ਬਣ ਕੇ ਸਾਰੇ ਤਾਕਤ ਨਾਲ ਲੜੇ ਤਾਂ ਉਹਨਾਂ ਦੇ ਕਿਲੇ ਨੂੰ ਅਸੀਂ ਇਸ ਕੰਮ ਤੱਕ ਪਹੁੰਚਾਇਆ ਵਾ ਸੋ ਇਹਨਾਂ ਵਿਧਾਇਕ ਅਸ਼ੋਕ ਪ੍ਰਸ਼ਾਦ ਪੱਪੀ ਜੀ ਜਿਹੜੇ ਕਿ ਜਲੰਧਰ ਜੜੀ ਚਿੱਤ ਦਾ ਜੜਾ ਸ਼੍ਰੇਆ ਉਹ ਖਾਸ ਕਰ ਜਲੰਧਰ ਦੀ ਉਸ ਆਵਾਮ ਨੂੰ ਆਏ ਜਿਨ੍ਹਾਂ ਨੇ ਹਰ ਉਸ ਸਹੀ ਪਾਰਟੀ ਦੇ ਜਿਹੜੇ ਜੁਮਲਿਆਂ ਨੂੰ ਇੱਕ ਸਾਈਟ ਰੱਖ ਕੇ ਆਪਣੇ ਹੱਕਾਂ ਦੀ ਪਛਾਣ ਕਰਕੇ ਮਤਦਾਨ ਕੀਤਾ ਔਰ ਸਹੀ ਪਾਰਟੀ ਦੇ ਨੁਮਾਇਦੇ ਨੂੰ ਚੋਣ ਵਿੱਚ ਆਪਣਾ ਸਹਿਯੋਗ ਦਿੱਤਾ ਕਮਐਮਐਲ ਸੰਯੋਗਤਨਾ ਸੰਦੀਪ ਸ਼ਰਮਾ ਡੈਨੀਫਰ ਟੀਵੀ ਲੁਧਿਆਣਾ